ਬਸਰੀ ਕਮੇ ਜਿੰਦਾਬਾਦ 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 ਬਸਰੀ ਕਮੇ ਬਾਹਰ ਆਓ ਬਾਹਰ ਆਓ ਬਾਹਰ ਆਓ ਬਸਰੀ ਕਮੇ ਬਾਹਰ ਆਓ ਬਾਹਰ ਆਓ ਬਾਹਰ ਆਓ ਪੰਜਾਬ ਸਰਕਾਰ ਹਾਏ ਹਾਏ ਆਪਣੀਆਂ ਮੰਗਾਂ ਨੂੰ ਲੈ ਕੇ 8 ਅਕਤੂਬਰ ਤੋਂ ਕਲਮ ਛੱਡ ਹੜਤਾਲ ਤੇ ਬੈਠੇ ਡੀਸੀ ਦਫ਼ਤਰ ਫਰੀਦਕੋਟ ਦੇ ਮੁਲਾਜ਼ਮਾਂ ਵੱਲੋਂ ਮਿੰਨੀ ਸਕੱਤਰੇਤ ਫਰੀਦਕੋਟ ਵਿੱਚ ਵੱਖ ਵੱਖ ਦਫ਼ਤਰਾਂ ਦੇ ਕਰਮਚਾਰੀਆਂ ਨੇ ਅੱਜ ਰੋਸ ਧਰਨਾ ਦਿੱਤਾ ਤੇ ਸਰਕਾਰ ਖਿਲਾਫ਼ ਚਮ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਇਹਨਾਂ ਕਰਮਚਾਰੀਆਂ ਨੇ ਸ਼ਹਿਰ 'ਚ ਇੱਕ ਰੋਸ ਮਾਰਚ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਮੁਲਾਜ਼ਮ ਆਗੂ ਅਮਰੀਕ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਲਮ ਛੱਡ ਹੜਤਾਲ ਕੀਤੀ ਜਾ ਰਹੀ ਹੈ, ਪਰ ਸਰਕਾਰ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ। ਉਹਨਾਂ ਚੇਤਾਵਨੀ ਦਿੱਤੀ ਕਿ 31 ਅਕਤੂਬਰ ਤੱਕ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ। ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਮੋਟਰਸਾਈਕਲ ਮਾਰਚ ਕਰ ਰਹੇ ਹਾਂ, ਇਹ ਮੰਗਾਂ ਕੈਪਟਨ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਅਸੀਂ ਨਾਲ ਦੀ ਨਾਲ ਪੇ ਕਮਿਸ਼ਨ ਦੇਵਾਂਗੇ, DA ਦੇਵਾਂਗੇ, ਕੱਚੇ ਮੁਲਾਜ਼ਮ ਪੱਕੇ ਕਰਾਂਗੇ। ਪਰ 5 ਸਾਲ ਤੋਂ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ, ਪਰ ਇਹ ਸਰਕਾਰ ਨਾਲ ਬਹੁਤ ਸਾਰੀਆਂ ਮੀਟਿੰਗਾਂ ਵੀ ਹੋਈਆਂ, ਮੀਟਿੰਗਾਂ 'ਚ ਮੰਗਾਂ ਮੰਨ ਵੀ ਲੈਂਦੇ ਆ, ਪਰ ਉਹਨਾਂ ਦੇ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੇ, ਜਿਸ ਦੇ ਰੋਸ ਵਜੋਂ ਅਸੀਂ 8 ਤਰੀਕ ਤੋਂ ਲੈ ਕੇ ਲਗਾਤਾਰ ਕਲਮ ਛੋੜ ਹੜਤਾਲ ਅਤੇ ਦਫ਼ਤਰੀ ਕੰਮੇ ਚੱਲ ਰਹੇ ਹਾਂ। ਪਰ ਸਰਕਾਰ ਦੇ ਨਾਲ 2 ਮੀਟਿੰਗਾਂ ਹੋਈਆਂ ਇਸ ਦਰਮਿਆਨ, ਉਹ ਦੋਨੋਂ ਮੀਟਿੰਗਾਂ ਬੇਸਿੱਟਾ ਰਹੀਆਂ, ਤਾਂ ਅਸੀਂ ਉਸ ਦਿਨ ਫਿਰ ਇੱਕ ਫੈਸਲਾ ਕੀਤਾ ਕਿ ਅਸੀਂ ਕਲਮ ਛੋੜ ਹੜਤਾਲ ਉਨ੍ਹਾਂ ਚਿਰ ਵਾਪਸ ਨਹੀਂ ਆਵਾਂਗੇ ਜਿੰਨਾ ਚਿਰ ਸਰਕਾਰ ਮੰਗਾਂ ਨਹੀਂ ਮੰਨਦੀ। ਇਸ ਕਰਕੇ ਅਸੀਂ ਆਪਣੀ ਕਲਮ ਛੋੜ ਹੜਤਾਲ ਨੂੰ 31 ਅਕਤੂਬਰ ਤੱਕ ਵਧਾਇਆ ਸੀ। ਆ ਸੂਬਾ ਬਾਡੀ ਦੇ ਫੈਸਲੇ ਅਨੁਸਾਰ ਅੱਜ ਅਸੀਂ ਰੋਸ ਮਾਰਚ ਬਾਜ਼ਾਰਾਂ ਦੇ ਵਿੱਚ ਕਰ ਰਹੇ ਹਾਂ। ਜੇਕਰ ਸਰਕਾਰ ਨੇ 31 ਤੱਕ ਸਾਡੀਆਂ ਮੰਗਾਂ ਮੰਨ ਕੇ ਨੋਟੀਫਿਕੇਸ਼ਨ ਜਾਰੀ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਇਹਨਾਂ ਧਰਨੇ ਬਾਰੇ ਤੁਹਾਡੇ ਬਾਰੇ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਕਾਂਗਰਸ ਸਰਕਾਰ ਦੇ ਵਿੱਚ ਚਿਹਰਾ ਬਦਲਿਆ ਪਰ ਨੀਤੀਆਂ ਇਹਨਾਂ ਦੀਆਂ ਬਿਲਕੁਲ ਨਹੀਂ ਬਦਲੀਆਂ, ਇਹ ਸਾਨੂੰ ਪਾੜ ਕੇ ਅਤੇ ਸਾਡੀਆਂ ਜਿਹੜੀਆਂ ਮੰਗਾਂ ਨੂੰ ਦਬਾਉਣਾ ਚਾਹੁੰਦੇ ਆ। ਸਾਡੀ ਜਿਹੜੀ ਮੇਨ ਮੰਗ ਹੈ ਉਹ ਅੱਜ ਅਸੀਂ ਇਹੀ ਕਹਿੰਦੇ ਕਿ ਜੇ ਅੱਗੇ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਕਰਨਾ 8 ਨਵੰਬਰ ਦੇ ਵਿੱਚ ਤੁਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਬਿੱਲ ਲੈ ਕੇ ਆਓ, ਔਰ ਜਿਹੜਾ ਸਾਡਾ 2016 ਤੋਂ ਬਾਅਦ ਦਾ ਮੁਲਾਜ਼ਮ ਆ ਉਹਨਾਂ ਲਈ ਤੁਸੀਂ ਆਪਣੀ ਨੋਟੀਫਿਕੇਸ਼ਨ ਵਿੱਚ ਕੁਛ ਨਹੀਂ ਰੱਖਿਆ, ਉਹਦੇ ਬਾਰੇ ਕੁਛ ਨਹੀਂ ਤੁਸੀਂ ਦੱਸਿਆ, ਉਹਨੂੰ ਬਿਲਕੁਲ ਕਲੀਅਰ ਕੀਤਾ ਜਾਵੇ ਕਿ ਉਹਨਾਂ 'ਤੇ ਵੀ ਜਿਹੜਾ 15% ਵਾਧਾ ਹੈ, ਜੋ ਅਸੀਂ 20% ਦਾ ਵਾਧਾ ਮੰਗ ਰਹੇ ਹਾਂ ਜਾਂ 2.72 ਨਾਲ ਗੁਣਾਂਕ ਨਾਲ ਅਸੀਂ ਵਾਧਾ ਮੰਗ ਰਹੇ ਹਾਂ, ਉਹ ਉਹਨਾਂ ਨੂੰ ਵੀ ਦਿੱਤਾ ਜਾਵੇ ਅਤੇ ਸਾਰੇ ਮੁਲਾਜ਼ਮਾਂ ਨੂੰ ਦਿੱਤਾ ਜਾਵੇ। ਪੁਰਾਣਾ DA ਦਾ ਬਕਾਇਆ, DA ਦੀਆਂ ਕਿਸ਼ਤਾਂ ਜਿਹੜੀਆਂ ਪੈਂਡਿੰਗ ਪਈਆਂ ਉਹ ਦਿੱਤੀਆਂ ਜਾਣ, ਸਾਡੀ ਇਹੀ ਮੰਗ ਹੈ। ਨਹੀਂ ਤਾਂ ਅਸੀਂ ਆਉਣ ਵਾਲੇ ਦਿਵਾਲੀ 'ਤੇ ਵੀ ਅਸੀਂ ਵੱਡਾ ਧਮਾਕਾ ਕਰ ਸਕਦੇ ਹਾਂ, ਨਹੀਂ ਤਾਂ 8 ਨਵੰਬਰ ਨੂੰ ਅਸੀਂ ਬਹੁਤ ਵੱਡਾ ਪ੍ਰੋਗਰਾਮ ਅਸੀਂ ਕਰਾਂਗੇ।